पंजाब च बैंक लुट्टां दी वारदातां थमदियां दिखाई नहीं दे रहियां ने। तरन तारण दे विच इक महीने च लगातार दूसरी बैंक लुट्ट दी वारदात हो गई है। दिन दहाड़े पै गया बैंक ऑफ बड़ौदा च डाका। पहली जानकारी दे मुताबक चार लुटेरे बैंक च आए ते उन्होंने हथियारां दी नोक दे उत्ते लुट्ट दी वारदात नूं अंजाम दिता। हालांकि किन्ना पैसा लुट्टिया गया इसका खुलासा हजे नहीं होया, पर मुढ़ली जानकारी दे मुताबक लुटेरे DVR भी नाल लै गए ने तां कि उन्हां दी पछाण ना हो सके। तुहानूं दस दईए जलंधर च भी इसे तरीके दे नाल बैंक च डाका मारिया गया सी। उत्थे भी लुटेरे जांदे होए DVR नाल लै गए सी। उन्हां दा भी हजे कोई सुराग नहीं लगा। फिलहाल पुलिस पार्टियां वख-वख नाकेबंदियां ते तैनात हो गईआं ने, पर हाई अलर्ट दे विच इहो जिही वारदात होना किते ना किते सुरक्षा ते भी सवाल चकदा। तुसीं आप ही देख लवो। दैनिक पेल पंजाबी TV दे अनुराग अरोड़ा दी रिपोर्ट। मुलाजम थ्रेट मेरे तो इतने गोली रखी कहते DVR दे पुड़पुड़ी फाड़ दू ती फिर जाने पहले कैश कैश दे कैश अंदर कितने कैश कैश दीदा तो इतना रौला पा के मेरे बैग लै गए ने बैग मेरा गुरप्रीत का बैग पर्स सारा कुछ जो उन्होंने देखे तोड़ फोड़ करके DVR कैमरा नहीं है तो DVR कैमरा भी तोड़ के उधर लै गए हैं। कैश सर अंदाजा नहीं है जी कुछ नहीं पता क्योंकि अकाउंटिंग नहीं है कि ना किन्ना कल हिसाब सर नहीं दस सर की ना ਤੁਹਾਡਾ ਜੀ ਸਰ ਮੇਰਾ ਨਾਮ ਗੁਰਸਾਹਿਬ ਸਿੰਘ ਜੀ ਕਿੱਥੇ ਲੱਗੇ ਜੀ ਸਰ ਤੁਸੀਂ ਮੈਂ ਬੈਂਕ ਆਫ ਬੜੌਦਾ ਪੱਟੀ ਗਨਮੈਨ ਆ ਜੀ ਕੀ ਲੁੱਟ ਖੋ ਜਿਹੜੀ ਹੋਈ ਹੈ ਬੈਂਕ ਦੀ ਕੀ ਇਹ ਮਾਮਲਾ ਲੁੱਟ ਖੋ ਸਰ ਇਦਾਂ ਹੋਈ ਹੈ ਕਿ ਜੇ ਉਹਨਾਂ ਮੂੰਹ ਤੇ ਨਾ ਮਫਰਲ ਬੰਨਿਆ ਹੋਇਆ ਸੀ ਮਫਰਲ ਬੰਨਿਆ ਮੈਂ ਇਹਨਾਂ ਦਾ ਸ਼ੀਸ਼ੇ ਦਾ ਗੇਟ ਬੰਦ ਕੀਤਾ ਮੈਂ ਕਿਹਾ ਮਫਰਲ ਥੱਲੇ ਕਰੋ ਉਹਨੇ ਮਫਰਲ ਥੱਲੇ ਕੀਤਾ ਮੈਂ ਸਰ ਚੰਗੀ ਤਰ੍ਹਾਂ ਕਰੋ ਸ਼ੀਸ਼ੇ ਦਾ ਗੇਟ ਬੰਦ ਸੀ ਉਹਨੇ ਚੰਗੀ ਤਰ੍ਹਾਂ ਕੀਤਾ ਮੈਂ ਕਿੰਚ ਗੇਟ ਸ਼ੀਸ਼ੇ ਦਾ ਗੇਟ ਖੋਲਿਆ ਉਹ ਅੰਦਰ ਆਇਆ ਆਉਂਦਿਆਂ ਸਰ ਨੇ ਮੇਰੇ ਰੱਖ ਨੂੰ ਫੜਿਆ ਅਤੇ ਦੂਜੇ ਨੇ ਪਿਸਟਲ ਕੱਢ ਲਿਆ ਕਹਿੰਦਾ ਗੰਨ ਤੇ ਨਹੀਂ ਗੋਲੀ ਮਾਰ ਦਾਂਗੇ ਮੈਂ ਚੀਕ ਮਾਰੀ ਉਹਨੇ ਚਲੋ ਉਹਨੇ ਦੂਜਿਆਂ ਨੇ ਕੱਢ ਲਿਆ ਪਿਸਟਲ ਅੰਦਰ ਆ ਗਿਆ ਸਰ ਗੱਡੀ ਸੀ ਬਾਹਰ ਖਲੋਤੀ ਸੀ ਗੰਨ ਲੈ ਗਈ ਸਰ ਇਹ 2 ਵਜੇ ਦੇ ਲਗਭਗ ਘਟਨਾ ਹੈਗੀ ਹੈ ਜੀ। ਲੰਚ ਟਾਈਮ ਹੋਣ ਵਾਲਾ ਸੀਗਾ ਬੈਂਕ ਦਾ, ਅਸੀਂ ਗੇਟ ਬੰਦ ਕਰਨ ਲੱਗੇ ਸੀਗੇ ਅਤੇ ਉਹ ਇੰਨੇ 'ਚ ਸਰ ਜੀ ਬੰਦੇ ਐਂਟਰ ਕੀਤੇ ਉਹਨਾਂ ਨੇ ਵਾਊਚਰ ਭਰਨ ਇੰਜੈਕਟਿੰਗ ਕੀਤੀ ਉਹਨਾਂ ਨੇ ਅਤੇ ਫੌਜ ਸਾਹਿਬ ਨੇ ਪਹਿਲਾਂ ਮੂੰਹ ਥੱਲੇ ਕਰਵਾਇਆ ਉਹਨਾਂ ਮਾਸਕ ਪਾਏ ਸੀ ਉਹਨਾਂ ਨੇ ਪਹਿਲਾਂ ਉਹਨਾਂ ਕਿਹਾ ਵੀ ਕੈਮਰੇ ਵੱਲ ਦੇਖ ਕੇ ਮਾਸਕ ਥੱਲੇ ਕਰੋ ਉਹਨਾਂ ਨੇ ਅਤੇ ਪਹਿਲਾਂ ਮਾਸਕ ਥੱਲੇ ਕਰਵਾਏ ਆ ਫਿਰ ਉਹਨੇ ਮਾਸਕ ਫਿਰ ਵਾਪਸ ਉੱਪਰ ਲਾ ਲਏ ਉਹਨਾਂ ਨੇ ਆਪਦੇ ਬਟ ਉਸ ਬਾਅਦ ਐਕਟਿੰਗ ਕਰਨ ਲੱਗੇ ਆਪਣੇ ਵਾਊਚਰ ਭਰਨ ਦੀ ਉਹ ਉਸ ਤੋਂ ਬਾਅਦ ਸਾਰਿਆਂ ਮਤਲਬ ਖਿਲਰ ਕੇ ਬੰਦੇ ਉਹ ਚਾਰੋਂ ਸਾਰਿਆਂ ਨੂੰ ਪਿਸਤੌਲਾਂ ਤਾਂਤੀ ਉਹਨਾਂ ਨੇ ਅਤੇ ਕਹਿੰਦੇ ਵੀ ਕੋਈ ਗੱਲ ਥਾਂ ਤੋਂ ਲੂਗਾ ਨਹੀਂ ਅਸੀਂ ਗੋਲੀ ਮਾਰ ਦਾਂਗੇ ਅਸੀਂ ਮੁੜ ਕੇ ਜੀ ਉਹਨਾਂ ਨੇ ਕੈਸ਼ ਕੈਬਿਨ ਤੋੜਦਾ ਉਹਨਾਂ ਨੇ ਗੇਟ ਤੋੜਦਾ ਮੇਰਾ ਵਾਲਾ ਫਿਰ ਮੁੜ ਕੇ ਜਿਹੜਾ ਮੇਰਾ ਡਰੋਰ ਸੀਗਾ ਉਹਨੂੰ ਲੋਕ ਲੱਗਿਆ ਹੋਇਆ ਸੀਗਾ ਅਤੇ ਮੈਨੂੰ ਕਹਿੰਦੇ ਵੀ ਜਿਹਨੂੰ ਕਹਿੰਦੇ ਵੀ ਜੀ ਕੈਸ਼ ਕਿਹੜਾ ਨਹੀਂ ਤੁਸੀਂ ਗੋਲੀ ਮਾਰ ਦਾਂਗੇ ਚਾਬੀ ਦਿਓ ਸਾਨੂੰ ਮੈਂ ਮੁੜ ਕੇ ਜੀ ਉਹਨੂੰ ਚਾਬੀ ਦੇ ਦਿੱਤੀ ਉਹਨਾਂ ਨੂੰ ਕੈਸ਼ ਕੈਬਿਨ ਦੀ ਅਤੇ ਮੁੜ ਕੇ ਜੀ ਉਹਨਾਂ ਨੇ ਜਿਹੜਾ ਕੈਸ਼ ਸੀਗਾ ਸਾਰਾ ਕੈਸ਼ ਲੈ ਗਏ ਜੀ ਉਹ ਕਿੰਨਾ ਕੈਸ਼ ਲੈ ਗਏ ਸਰ ਇਹ ਆਈਡੀਆ ਨਹੀਂ ਗਾ ਲੇਕਿਨ ਮਤਲਬ ਕੋਈ 5-7 ਲੱਖ ਲਗਭਗ ਸੀਗਾ ਜੀ ਕੈਸ਼ ਬਾਹਰ ਕਿਸੇ ਬੈਂਕ ਤੋਂ ਮੁਲਾਜ਼ਮ ਨੂੰ ਗਨ ਪੁਆਇੰਟ ਤੇ ਲਿਆ ਹੋਊਗਾ ਹਾਂ ਜੀ ਸਾਰਿਆਂ ਦੇ ਜਿੰਨੇ ਵੀ ਸੀਗੇ ਆਪਣੇ ਸਟਾਫ ਸਾਰਿਆਂ ਨੂੰ ਗਨ ਪੁਆਇੰਟ ਤੇ ਲਿਆ ਸੀ ਉਹਨਾਂ ਨੇ ਜੀ ਸਾਰਿਆਂ ਨੂੰ ਇੱਕ ਨੁਕਰੇ ਲਾਤਾ ਸੀ ਉਹਨਾਂ ਨੇ ਜੀ ਥਾਣੇ ਨੂੰ ਸੂਚਿਤ ਕੀਤਾ ਗਿਆ ਹਾਂਜੀ ਹਾਂਜੀ 112 ਨੰਬਰ ਨੂੰ ਸੂਚਿਤ ਕਰਤਾ ਸੀਗਾ ਜੀ PCR ਵਾਲਿਆਂ ਨੂੰ ਵੀ ਫੋਨ ਕਰਤਾ ਸੀ ਉਹ ਵੀ ਆ ਗਏ ਨੇ ਜੀ ਕੀ ਜਾਂਚ ਹੋਈ ਪਹੁੰਚਿਆ ਪਠਾਨਦਾਰ ਹਾਂਜੀ ਹਾਂਜੀ PCR ਵਾਲੇ ਪਹੁੰਚੇ ਨੇ ਜੀ ਕੋਈ ਅਧਿਕਾਰੀ ਨਹੀਂ ਆਇਆ ਨਹੀਂ ਪੁਲਿਸ ਅਧਿਕਾਰੀ ਕੋਈ ਨਹੀਂ ਆਇਆ ਜੀ ਸਰ ਅਜੇ ਤੱਕ ਕੋਈ ਗੋਲੀ ਚੱਲੀ ਜਾਂ ਕੁਝ ਜੀ ਨਹੀਂ ਗੋਲੀ ਨਹੀਂ ਚੱਲੀ ਲੇਕਿਨ ਉਹਨਾਂ ਨੇ ਸਾਰਿਆਂ ਨੂੰ ਗਨ ਪੁਆਇੰਟ ਤੇ ਲੈ ਲਿਆ ਸੀਗਾ ਜੀ ਅਤੇ DVR ਵਗੈਰਾ ਫੌਜ ਸਾਹਿਬ ਦੀ ਜਿਹੜੀ ਗਨ ਸੀਗੀ ਉਹ ਵੀ ਲੈ ਗਏ ਨੇ ਜੀ ਉਹ ਹਾਂਜੀ ਫੌਜ ਸਾਹਿਬ ਦੀ ਗਨ ਵੀ ਲੈ ਗਏ ਨੇ ਔਰ ਪਲੱਸ ਜਿਹੜਾ ਮੇਰਾ ਬੈਗ ਸੀਗਾ ਮੇਰੇ ਸਾਹਿਬ ਦਾ ਬੈਗ ਸੀਗਾ CCTV ਕੈਮਰੇ ਜਿਹੜਾ ਆਪਣੇ DVR ਸੀਗਾ ਜਿਹੜਾ ਸਾਡਾ ਨੈੱਟ ਵਾਲਾ ਸਿਸਟਮ ਸੀਗਾ ਉਹ ਵੀ ਪੱਟ ਕੇ ਲੈ ਗਏ ਜੀ DVR ਦੇ ਭੁਲੇਖੇ ਨਾ ਉਹ ਵੀ ਪੱਟ ਕੇ ਲੈ ਗਏ ਜੀ ਉਹ ਪੰਡਿਤ MK ਸ਼ਰਮਾ ਫੀਸ ਨਹੀਂ ਇਨਾਮ ਲਵਾਂਗਾ ਧੋਖਾ ਨਹੀਂ ਕੰਮ ਕਰਾਂਗਾ ਮਾਤਾ ਰਾਣੀ ਨੇ ਚਾਹਿਆ ਤਾਂ ਖੂਨ ਦੇ ਹੰਝੂ ਨਹੀਂ ਆਉਣ ਦੇਵਾਂਗਾ ਪੰਡਿਤ ਮੌਲਵੀ ਤੋਂ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਜ਼ਰੂਰ ਅਜ਼ਮਾਓ ਪੰਡਿਤ MK ਸ਼ਰਮਾ ਪ੍ਰੇਮੀ ਪ੍ਰੇਮਿਕਾ ਨੂੰ ਮਿਲਾਉਣਾ ਸੋਤਨ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ 'ਚ ਰੁਕਾਵਟ ਮਾਤਾ ਪਿਤਾ ਨੂੰ ਮਨਾਉਣਾ ਇੱਕ ਵਾਰ ਮਿਲਾਓ ਫੋਨ 'ਤੇ ਜ਼ਰੂਰ ਅਜ਼ਮਾਓ ਆਪਣੀ ਕਿਸਮਤ ਕਰੋ ਸੰਪਰਕ 97793995956